ਜਿਨ੍ਹਾਂ ਹੱਥਾਂ 'ਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੀ ਜ਼ਿੰਮੇਵਾਰੀ ਸੀ, ਉਹਨਾਂ ਹੱਥਿਆਂ ਨੇ ਹੀ ਇੱਕ ਅਜਿਹਾ ਗੁਨਾਹ ਕਰ ਦਿੱਤਾ ਜਿਸ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ। ਮਾਮਲਾ ਬਰਨਾਲਾ ਤੋਂ ਹੈ, ਜਿੱਥੇ ਦੇ ਪਿੰਡ ਹਮੀਦੀ ਤੋਂ 4 ਸਤੰਬਰ ਨੂੰ ਗਗਨਦੀਪ ਸਿੰਘ ਨਾਮ ਦਾ ਵਿਅਕਤੀ ਇੱਕ ਨਾਬਾਲਿਗ ਲੜਕੀ ਨੂੰ ਸਕੂਲ ਤੋਂ ਲੈ ਗਿਆ ਸੀ, ਜਿਸ ਦੀ ਭਾਲ ਵਿੱਚ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਥਾਂ ਥਾਂ ਫਿਰਿਆ ਜਾ ਰਿਹਾ ਸੀ। ਪਿੰਡ ਰੱਖਣਾ ਵਿਖੇ ਪੁਲਿਸ ਵੱਲੋਂ ਪਿੰਡ ਵਾਸੀਆਂ ਦੀ ਮਦਦ ਨਾਲ ਪੀੜਿਤ ਲੜਕੀ ਨੂੰ ਇੱਕ ਘਰ ਵਿੱਚ ਬਣੇ ਤੂੜੀ ਵਾਲੇ ਕੋਠੇ ਤੋਂ ਬਰਾਮਦ ਕਰ ਲਿਆ। ਇਸ ਸਾਰੀ ਘਟਨਾ ਵਿੱਚ ਦੋਸ਼ੀ ਗਗਨਦੀਪ ਸਿੰਘ ਮੌਕੇ ਦਾ ਫਾਇਦਾ ਉਠਾਉਂਦਿਆਂ ਹੋਇਆ ਫਰਾਰ ਹੋ ਗਿਆ, ਜਿਸ ਨੂੰ ਦੇਰ ਰਾਤ ਪੁਲਿਸ ਵਾਲਿਆਂ ਦੀ ਮਦਦ ਨਾਲ ਝੋਨੇ ਦੇ ਖੇਤਾਂ 'ਚੋਂ ਫੜ ਲਿਆ ਗਿਆ। ਇਸ ਮਾਮਲੇ ਵਿੱਚ ਦੋਸ਼ੀ ਦੀ ਮਾਸੀ ਨੂੰ ਵੀ ਮਦਦ ਕਰਨ ਦੇ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ ਹੈ। ਮੁੰਡਾ ਕੁੜੀ ਨੂੰ ਚੱਕ ਕੇ ਉਰੇ ਲੈ ਆਇਆ, ਉਰੇ ਪੁੱਛਿਆ ਵੀ ਕਿਵੇਂ ਆਈ, ਉਹ ਕਹਿੰਦੇ ਵੀ ਟੈਂਪੂ ਦੇ ਨਾਲ ਖੜੇ ਅੱਡੇ 'ਚੋਂ ਟੈਂਪੂ ਦੇ ਥਰੂ ਲੈ ਕੇ ਇਹਨਾਂ ਦੇ ਘਰ ਉਰੇ ਪਹੁੰਚਾ ਤੀ। ਉਹਨਾਂ ਨੇ ਐਡਰੈਸ ਦਿੱਤਾ ਵੀ ਖੁੰਜੇ ਦੇ ਵਿੱਚ ਮੋਟਰ ਹੈ, ਮੋਟਰ ਦੇ ਨਾਲ ਹੀ ਘਰ ਹੈ, ਅਤੇ ਇੰਨੀ ਮੈਂ ਸੁਣੀ। ਉਹਦੇ ਤੋਂ ਬਾਅਦ ਮੈਂ ਜਦ ਉੱਥੇ ਵੱਗ ਗਿਆ, ਉੱਥੇ ਕੁੜੀ ਮਿਲ ਗਈ ਉਹਨਾਂ ਨੂੰ। ਉਹਦੇ ਨਹੀਂ, ਉਹ ਨਹੀਂ ਮੈਂ ਦੇਖਿਆ ਹੈਗਾ। ਅਸੀਂ ਮਿਲਿਆ ਰਾਤ ਦੇ 8 ਵਜੇ, ਉਹ ਵੀ ਇੱਥੇ ਆਵਾਜ਼ ਆਉਂਦੀ ਸੀ ਜੀਰੀ ਦੇ ਵਿੱਚ, ਨਾਲ ਬੰਸਰੀ ਦੇ ਲਵੇ 'ਚ ਆਵਾਜ਼ ਆਉਂਦੀ ਸੀ। ਅਤੇ ਸਾਡੇ ਮੁੰਡੇ ਜਦੋਂ ਗਏ, ਉਹਨੇ ਆਵਾਜ਼ ਦੇਖੀ, ਆਵਾਜ਼ ਜੀਰੀ ਦੇ ਵਿੱਚ ਲੰਮਾ ਪਿਆ, ਇਹਨਾਂ ਨੇ ਕੇਸਾਂ ਤੋਂ ਫੜ ਕੇ ਉਰੇ ਧਰਮਸ਼ਾਲਾ ਦੇ ਵਿੱਚ ਬਾਹਰ ਲਿਆਂਦਾ। ਇਹ ਆ ਗਏ ਮਗਰ ਇਹਨਾਂ ਦੇ ਘਰ ਦੀ ਤਲਾਸ਼ੀ ਲਈ, ਉਹ ਜਨਾਨੀ ਕਹਿੰਦੀ ਵੀ ਉਰੇ ਨਹੀਂ ਕੋਈ ਆਇਆ ਹੈਗਾ ਘਰ ਦੀ ਮਾਲਕਣ, ਅਤੇ ਉਦੋਂ ਬਾਅਦ 'ਚ ਫਿਰ ਉਹ ਕੁੜੀ ਦੇ ਮਾਂ ਬਾਪ ਆ ਗਏ, ਜੋ ਵੀ ਕੋਈ ਆਇਆ ਸਾਰਾ ਘਰ ਖੋਲਿਆ। ਫਿਰ ਉਹਨਾਂ ਨੇ ਕੁੜੀ ਅੰਦਰੋਂ ਤੂੜੀ ਵਾਲੇ ਕਮਰੇ 'ਚੋਂ ਬੰਨੀ ਹੋਈ, ਪਤਾ ਨਹੀਂ ਕਿਵੇਂ ਸੀਗੀ, ਮੈਂ ਨਹੀਂ ਦੇਖਿਆ ਅੱਖੀ ਆਪਣੇ, ਉਹਨੇ ਚੱਕੀ ਆਪਣੇ ਉਹਦੇ ਮਾਂ ਬਾਪਾਂ ਨੇ। ਕਾਨੂੰਨ ਵੀ ਇਹ ਬੇਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ। ਕੱਲ੍ਹ ਨੂੰ ਸਾਡੀਆਂ ਵੀ ਧੀਆਂ ਭੈਣਾਂ ਨੇਗੀਆਂ ਪਿੰਡ ਦੀਆਂ, ਕਿਸੇ ਹੋਰ ਵੀ ਕੋਈ ਕਰ ਸਕਦਾ, ਜਿੰਨੀ ਵੀ ਸਖ਼ਤ ਤੋਂ ਸਖ਼ਤ ਕਾਨੂੰਨ ਇਹਨੂੰ ਸਜ਼ਾ ਦੇ ਸਕਦਾ ਉਨੀ ਦੇਣੀ ਚਾਹੀਦੀ ਹੈ। ਗਗਨਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਪੱਤੀ ਮਾਡਲ ਟਾਊਨ ਬਡਰੁੱਖਾਂ ਥਾਣਾ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਦਾ ਦੋਸ਼ੀ ਸੀਗਾ ਜੀ। ਇਹ ਉੱਥੋਂ ਬੱਚੀ ਗਵਾਹ ਕਰੀ ਸੀ ਇਹਨੇ ਨਾਬਾਲਗ ਜੀ, ਉਹਦੇ ਸੰਬੰਧ ਵਿੱਚ ਇਸ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਬਰਨਾਲਾ ਤੋਂ ਆਏ ਸੀ ਸਾਡੇ ਕੋਲ, ਅਤੇ ਉਹਨਾਂ ਕੋਲ ਇੱਕ ਇਨਪੁੱਟ ਸੀਗੇ, ਉਹਦੇ ਹਿਸਾਬ ਨਾਲ ਉੱਥੇ ਜਾ ਕੇ ਸਰਚ ਵਗੈਰਾ ਕਰੀ ਸੀ। ਚੱਲਦੀ ਹੈ ਜੀ, ਉਹੀ ਦੱਸ ਸਕਦੇ ਨੇ ਵੀ ਇੱਧਰ ਇਹ ਸੀ ਵੀ ਸਾਡੇ ਕੋਲ ਉਹ ਬਤੌਰ ਪੁਲਿਸ ਅਮਦਾਦ ਆਏ ਸੀ, ਉਹਨਾਂ ਨਾਲ ਗਏ ਸੀ ਮੌਕੇ 'ਤੇ, ਉਹਨਾਂ ਕੋਲ ਇਤਲਾਹ ਸੀਗੀ ਕੋਈ ਖੁਫੀਆ ਵੀ ਉਹ ਇਸ ਏਰੀਏ 'ਚ ਕਿਤੇ ਰਹਿ ਰਹੇ ਨੇ। ਬਰਨਾਲਾ ਤੋਂ ਜਾਗਰਤੀ ਲਹਿਰ ਦੇ ਲਈ ਦੀਪਕ ਬੰਗਾ ਦੇ ਨਾਲ ਬਲਵੰਤ ਸਿੱਧੂ ਦੀ ਰਿਪੋਰਟ।